ਪਲੰਬਰਾਂ ਨੂੰ ਘਰ ਚ ਬੁਲਾਉਣ ਤੋਂ ਪਹਿਲਾਂ ਇੱਕ ਵਾਰ ਵੀਡੀਓ ਦੇਖ ਲਓ, ਨਹੀਂ ਤਾਂ ਤੁਹਾਨੂੰ ਵੀ ਮਹਿੰਗਾ ਪੈ ਸਕਦਾ ਹੈ ਪਲੰਬਰਾਂ ਨੂੰ ਘਰੇ ਬੁਲਾਉਣਾ। ਜੀ ਹਾਂ, ਇੱਥੇ ਇੱਕ ਮਹਿਲਾ ਦੇ ਵੱਲੋਂ ਪਲੰਬਰਾਂ ਨੂੰ ਨਲਕੇ ਠੀਕ ਕਰਨ ਦੇ ਲਈ ਘਰ ਚ ਬੁਲਾਇਆ ਗਿਆ ਤਾਂ ਉਹ ਘਰ ਚ ਆਏ ਤੇ ਸਾਰਾ ਸਮਾਨ ਲੁੱਟ ਕੇ ਫਰਾਰ ਹੋ ਗਏ। ਦਰਅਸਲ ਇਸ ਮਹਿਲਾ ਦਾ ਕਹਿਣਾ ਹੈ ਕਿ ਉਸਦੇ ਵੱਲੋਂ ਹਫ਼ਤਾ ਪਹਿਲਾਂ ਫੋਨ ਕੀਤਾ ਗਿਆ ਸੀ ਕਿ ਘਰ ਦੇ ਨਲਕੇ ਖਰਾਬ ਹੈ ਤੇ ਪਲੰਬਰਾਂ ਨੂੰ ਬੁਲਾਇਆ ਗਿਆ ਸੀ, ਪਰ ਹਫ਼ਤੇ ਤੱਕ ਕੋਈ ਪਲੰਬਰ ਘਰ ਚ ਨਹੀਂ ਆਇਆ। ਜਦੋਂ ਆਏ ਤਾਂ ਬਜ਼ੁਰਗ ਮਾਤਾ ਘਰ ਦੇ ਵਿੱਚ ਇਕੱਲੀ ਕਮਰੇ ਚ ਬੈਠੀ ਪਾਠ ਕਰ ਰਹੀ ਸੀ। ਇਹ ਦੋ ਸ਼ਖਸ ਘਰ ਵਿੱਚ ਦਾਖਲ ਹੁੰਦੇ ਨੇ ਤੇ ਘਰ ਵਿੱਚ ਆ ਕੇ ਬਜ਼ੁਰਗ ਮਾਤਾ ਤੋਂ ਪੁੱਛਦੇ ਨੇ ਕਿ ਇਹ ਸ਼ੰਟੀ ਦਾ ਹੀ ਘਰ ਹੈ, ਤਾਂ ਉਹ ਕਹਿੰਦੇ ਹਾਂਜੀ ਇਹੀ ਘਰ ਹੈ। ਫਿਰ ਉਹ ਕਹਿੰਦੇ ਨੇ ਕਿ ਅਸੀਂ ਪਲੰਬਰ ਤੇ ਨਲਕਾ ਠੀਕ ਕਰਨ ਆਏ ਆ। ਬਜ਼ੁਰਗ ਮਾਤਾ ਨੂੰ ਲੱਗਿਆ ਕਿ ਜਿਨ੍ਹਾਂ ਨੂੰ ਫੋਨ ਕੀਤਾ ਸੀ ਸ਼ਾਇਦ ਉਹੀ ਆਏ ਨੇ। ਇਹ ਪਲੰਬਰ ਬਹਾਨਾ ਲਾ ਕੇ ਘਰ ਤੋਂ ਪਹਿਲਾਂ ਬਾਹਰ ਨਿਕਲ ਜਾਂਦੇ ਨੇ ਕਿ ਅਸੀਂ ਸਮਾਨ ਲੈ ਕੇ ਆਏ। ਫਿਰ ਥੋੜੀ ਦੇਰ ਬਾਅਦ ਜਦੋਂ ਇਹ ਵਾਪਸ ਆਉਂਦੇ ਨੇ ਤੇ ਘਰ ਦੇ ਅੰਦਰ ਦਾਖਲ ਹੋ ਕੇ ਬਾਥਰੂਮ ਚ ਪਏ ਕੱਪੜਿਆਂ ਦੇ ਨਾਲ ਹੀ ਬਜ਼ੁਰਗ ਮਾਤਾ ਦੇ ਹੱਥ ਪੈਰ ਬੰਨ ਦਿੰਦੇ ਨੇ, ਮੂੰਹ ਬੰਨ ਦਿੰਦੇ ਨੇ ਤੇ ਜਾਨੋਂ ਮਾਰਨ ਦੀ ਧਮਕੀ ਦਿੰਦੇ ਨੇ। ਜਿਸ ਤੋਂ ਬਾਅਦ ਘਰ ਚੋਂ ਇੱਕ ਅਲਮਾਰੀ ਖੋਲਦੇ ਨੇ ਜਿਸ ਚ ਪਏ ਸਾਰੇ ਪਰਸ ਤੇ ਗਹਿਣੇ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ। ਇੱਥੇ ਪਰਸ ਦੇ ਵਿੱਚ ਪਏ ਕੈਸ਼ ਅਤੇ ਨਾਲ ਹੀ ਸੋਨੇ ਦੇ ਪਏ ਗਹਿਣੇ ਵੀ ਉਹ ਨਾਲ ਲੈ ਜਾਂਦੇ ਨੇ। ਗਲੀ ਚ ਲੱਗੇ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਇਹਨਾਂ ਲੁਟੇਰਿਆਂ ਦੀਆਂ ਤਸਵੀਰਾਂ ਵੀ ਨਜ਼ਰ ਆਈਆਂ ਨੇ, ਜਿਸ ਵਿੱਚ ਇਹ ਦੋਵੇਂ ਬਾਈਕ ਤੇ ਸਵਾਰ ਹੋ ਕੇ ਜਾਂਦੇ ਹੋਏ ਨਜ਼ਰ ਆਏ ਨੇ, ਜਿਨ੍ਹਾਂ ਵਿੱਚੋਂ ਇੱਕ ਨੇ ਤਾਂ ਆਪਣਾ ਮੂੰਹ ਢੱਕਿਆ ਹੋਇਆ, ਜਦਕਿ ਪਿੱਛੇ ਬੈਠੇ ਲੁਟੇਰੇ ਦਾ ਮੂੰਹ ਸਾਫ਼ ਨਜ਼ਰ ਆ ਰਿਹਾ ਹੈ, ਜਿਸ ਦਾ ਰੁਮਾਲ ਮੂੰਹ ਤੇ ਨਹੀਂ ਬਲਕਿ ਗਲ ਦੇ ਵਿੱਚ ਹੈ। ਉਹਨਾਂ ਦੇ ਚਿਹਰੇ ਸਾਫ਼ ਨਜ਼ਰ ਆ ਰਹੇ ਨੇ। ਇਹ ਮਾਮਲਾ ਸਮਰਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਘਰ ਵਿੱਚ ਇਕੱਲੇ ਬਜ਼ੁਰਗ ਹੀ ਮੌਜੂਦ ਸੀ, ਜਦਕਿ ਬਾਕੀ ਘਰ ਦੇ ਬਾਹਰ ਸਨ। ਬਜ਼ੁਰਗ ਮਹਿਲਾ ਘਰ ਦੇ ਵਿੱਚ ਕਮਰੇ 'ਚ ਬੈਠੀ ਪਾਠ ਕਰ ਰਹੀ ਸੀ ਤਾਂ ਪੌੜੀਆਂ ਚੜ੍ਹ ਕੇ ਇਹ ਦੋ ਲੁਟੇਰੇ ਉੱਪਰ ਚੜ੍ਹ ਆਉਂਦੇ ਨੇ ਅਤੇ ਮਾਤਾ ਤੋਂ ਨਾਮ ਪੁੱਛਦੇ ਨੇ ਤੇ ਫਿਰ ਪੁੱਛਦੇ ਨੇ ਕਿ ਅਸੀਂ ਪਲੰਬਰ ਹਾਂ, ਤੁਸੀਂ ਬੁਲਾਇਆ ਸੀ। ਜਦੋਂ ਮਾਤਾ ਕਹਿੰਦੇ ਕਿ ਹਾਂ ਨਲਕੇ ਠੀਕ ਕਰਨੇ ਨੇ, ਤਾਂ ਇਹ ਕਹਿ ਕੇ ਘਰ ਤੋਂ ਬਾਹਰ ਨਿਕਲ ਜਾਂਦੇ ਨੇ ਕਿ ਅਸੀਂ ਸਮਾਨ ਲੈ ਕੇ ਆਉਂਦੇ ਹਾਂ। ਜਿਸ ਤੋਂ ਬਾਅਦ ਇਹ ਵਾਪਸ ਜਦੋਂ ਆਉਂਦੇ ਨੇ ਤਾਂ ਆਉਂਦਿਆਂ ਹੀ ਬਾਥਰੂਮ 'ਚ ਵੜ ਕੇ ਬਾਥਰੂਮ 'ਚ ਪਈ ਕੱਪੜਿਆਂ ਦੇ ਨਾਲ ਮਾਤਾ ਨੂੰ ਬੰਦੀ ਬਣਾਉਂਦੇ ਨੇ, ਹੱਥ ਪੈਰ ਤੇ ਮੂੰਹ ਬੰਨ ਦਿੰਦੇ ਨੇ ਤੇ ਫਿਰ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤੇ ਫਰਾਰ ਹੋ ਜਾਂਦੇ ਨੇ। ਬਾਅਦ ਵਿੱਚ ਬਜ਼ੁਰਗ ਮਾਤਾ ਦੇ ਵੱਲੋਂ ਬੜੀ ਮੁਸ਼ਕਲ ਦੇ ਨਾਲ ਆਪਣੇ ਹੱਥ ਪੈਰ ਖੋਲੇ ਜਾਂਦੇ ਨੇ। ਜਦੋਂ ਉਹਨਾਂ ਦੀ ਨੂੰਹ ਘਰ ਆਉਂਦੀ ਹੈ ਤਾਂ ਉਹ ਦੇਖਦੀ ਹੈ ਕਿ ਕਿਸ ਤਰ੍ਹਾਂ ਮਾਤਾ ਨੂੰ ਬੰਨਿਆ ਹੋਇਆ ਹੈ, ਤਾਂ ਫਿਰ ਇਹ ਸਾਰਾ ਖੁਲਾਸਾ ਹੁੰਦਾ ਹੈ ਕਿ ਇੱਥੇ ਪਲੰਬਰਾਂ ਦੀ ਥਾਂ ਲੁਟੇਰੇ ਆਏ ਸਨ। ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ ਤੇ ਪੁਲਿਸ ਦੇ ਵੱਲੋਂ ਵੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਨਾਲ ਲੁਟੇਰਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਮੈਂ ਜੀ ਕਮਰੇ 'ਚ ਬੈਠੀ ਪਾਠ ਕਰਦੀ ਸੀ, ਮੈਨੂੰ ਨੀਚੇ ਆਵਾਜ਼ ਦਰਵਾਜ਼ੇ ਦੀ ਸੁਣੀ, ਦਰਵਾਜ਼ਾ ਕਿਸੇ ਨੇ ਖੋਲਿਆ, ਉੱਪਰ ਚੜ੍ਹਿਆ, ਮੈਂ ਪਾਠ ਬੁੱਟਾ ਸੁਣੀ ਦੇ ਵਿੱਚ ਆ ਕੇ ਖੜ ਗਈ। ਮੈਂ ਕਿਹਾ ਦੇਖਾਂ ਕੌਣ ਸੀ ਜੀ ਕੁੰਡਾ ਖੋਲ ਖੜਕਾਇਆ ਸਾਡਾ, ਖੋਲਿਆ ਮਤਲਬ ਮੈਂ ਦੇਖਿਆ ਤਾਂ ਮੈਨੂੰ ਕਹਿੰਦੇ ਜੀ ਛੰਟੀਆ ਘਰ ਹੈ, ਮੈਂ ਕੁੰਡਾ ਨਹੀਂ ਖੋਲਿਆ ਹਾਲੇ ਆਹ ਉੱਪਰਲਾ। ਮੈਂ ਕਿਹਾ ਜੀ ਛੰਟੀਆ ਘਰ ਤਾਂ ਇਹ ਹੈ ਜੀ, ਕਹਿੰਦੇ ਸਾਨੂੰ ਟੂਟੀਆਂ ਨੂੰ ਕਿਹਾ ਹੋਇਆ ਸੀ ਕਈ ਦਿਨਾਂ ਦਾ। ਮੈਂ ਕਿਹਾ ਚੱਲ ਕੋਈ ਗੱਲ ਨਹੀਂ, ਮੈਂ ਕਿਹਾ ਜੀ ਸਾਡੀਆਂ ਟੂਟੀਆਂ ਖਰਾਬ ਸੀ। ਫਿਰ ਮੇਰੇ ਨਾਲ ਬਾਥਰੂਮ 'ਚ ਗਏ ਨੇ, ਟੂਟੀਆਂ ਉਹਨੇ ਚੈੱਕ ਕੀਤੀਆਂ ਨੇ, ਕਹਿੰਦੇ ਟੂਟੀ ਖਰਾਬ ਹੈ, ਨਵੀਂ ਪਊਗੀ ਥੋੜ੍ਹੀ ਥੋੜ੍ਹੀ। ਚਲੋ ਕਹਿੰਦੇ ਆਂਟੀ ਅਸੀਂ ਐਂ ਕਰਦੇ ਹਾਂ, ਭਰਾ ਦੀ ਵੀਰੇ ਦੀ ਦੁਕਾਨ 'ਤੇ ਜਾ ਕੇ ਆਉਂਦੇ, ਨਾ ਜਾਇਓ ਕੋਈ ਗੱਲ। ਮੈਂ ਫਿਰ ਪਾਠ ਲਾਗੇ ਕਰਨ ਪਾਠ ਕੀਤਾ, ਆਉਂਦੀ ਸਾਰੇ ਜਦੋਂ ਆਏ ਦੁਕਾਨ 'ਤੇ ਤਾਂ ਪਹੁੰਚੀ ਨਹੀਂ, ਦੁਕਾਨ 'ਤੇ ਨਹੀਂ ਪਹੁੰਚੀ, ਉਹ ਨਹੀਂ ਪੈਰੀ ਘਰ ਆ ਗਏ ਜੀ। ਘਰ ਆ ਕੇ ਮੈਨੂੰ ਉਹਨੇ ਕੋਈ ਟੂਟੀ ਨਹੀਂ ਦੇਖੀ, ਕੁਛ ਨਹੀਂ ਦੇਖੀ, ਬੁੱਢੀ ਦੀਆਂ ਟੀ ਸ਼ਰਟਾਂ ਲੰਕਦੀਆਂ ਸੀ ਦਰਵਾਜ਼ੇ ਵਿੱਚੇ, ਉਹੀ ਚਾਰੇ ਪੰਜੇ ਚੁੱਕੇ ਆ ਕੇ ਦੋਵੇਂ ਬਾਹਾਂ ਨੂੰ ਬੰਨਤੀਆਂ, ਦੋ ਤਿੰਨ ਮੇਰੇ ਮੂੰਹ ਨੂੰ ਬੰਨਤੀਆਂ। ਮੈਨੂੰ ਕਹਿੰਦੇ ਬੋਲਣਾ ਨਹੀਂ, ਜੇ ਬੋਲੀ ਤੂੰ ਜਦੇ ਇਸੇ ਤੈਨੂੰ ਮਾਰ ਜਾਣਾ। ਤਾਂ ਜਦੇ ਮੇਰੇ ਕੰਨਾਂ ਦੋਨਾਂ ਨੇ ਹੱਥ ਪਾ ਲਏ, ਇੱਕ ਇੱਧਰ ਵਾਲੀ ਉਤਾਰਨ ਲੱਗ ਗਏ, ਇੱਕ ਇੱਧਰ ਵਾਲੀ ਉਤਾਰਨ ਲੱਗ ਗਿਆ। ਹੋਰ ਜੀ ਫੇਰ ਇੱਕ ਨੇ ਵਾਲੀ ਉਤਾਰ ਕੇ ਜੇਬ ਚ ਪਾਈ, ਉਹ ਜਾਨੂੰ ਇਹ ਗੁੱਡੀ ਦੀ ਅਲਮਾਰੀ ਖੋਲ ਕੇ ਪਾਸ ਖੋਲਣ ਲੱਗ ਗਿਆ।
ਦੂਜੇ ਨੇ ਲਵਾ ਜਦੋਂ ਵਾਲੀ ਖੋਲੀ ਉਹ ਆਹ ਕੱਪ ਖੋਲਣ ਲੱਗ ਗਿਆ ਰਸੋਈ ਦੇ ਵਿੱਚ। ਜਦੋਂ ਇਧਰੂ ਗਿਆ ਕੱਪ ਹੋਲ ਖੋਲਣ ਲੱਗਿਆ ਮੈਂ ਜਦ ਪੌੜੀ ਭੱਜ ਗਈ ਥੱਲੇ ਲੱਗਿਆ ਜਦ ਅਸੀਂ ਬਸ ਮੈਂ ਥੱਲੇ ਚਲੀ ਗਈ ਤੇ ਦਰਵਾਜ਼ਾ ਖੋਲਣ ਲੱਗੀ ਉਹ ਕੈੜਾ ਸੀਗਾ ਥੋੜੇ ਦਿਨ ਖੁੱਲਿਆ ਨਾ ਮੇਰੇ ਮਗਰੇ ਉਹ ਭਾਈ ਭੱਜਿਆ ਫੜ ਕੇ ਮੈਨੂੰ ਫੇਰ ਇਧਰੂ ਕਰ ਲਿਆ ਪੌੜੀ ਪਾਉਣ ਨੂੰ ਕਹੀਂ ਤੈਨੂੰ ਮਾਰ ਦਾਂਗੇ ਜੇ ਤੈਂ ਰੌਲਾ ਪਾਇਆ। ਜਾਂ ਜਿਹੜਾ ਦੂਜਾ ਭਾਈ ਜਿਹੜਾ ਪਰਸ ਫੋਲਦਾ ਸੀ ਉਹ ਨੇ ਆ ਕੇ ਮੋਟਰਸਾਈਕਲ ਸਟਾਰਟ ਕਰ ਲਿਆ ਜਾਂ ਦੂਜਾ ਫਿਰ ਨਾਲੇ ਚੱਲੇ ਤਾਂ ਮੈਂ ਫਿਰ ਰੌਲਾ ਪਾਇਆ ਮੈਂ ਮਾਰਤਾ ਮਾਰਤਾ ਮੈਨੂੰ ਚਾਲੋ ਚਾਲੋ ਮੈਂ ਚੋਰਾਂ ਵਿੱਚ ਚੋਰਾਂ ਫਿਰ ਇਹ ਚਾਰੇ ਨਿਕਲੇ ਨੇ ਸਾਡੇ ਨਾਲ ਦੇ ਨਿਕਲੇ ਨੇ ਅੰਦਰੋਂ ਮੈਂ ਇਕੱਲੀ ਸੀ ਉਸ ਟਾਈਮ ਜੇ ਗੁੱਡੀ ਗਈ ਸੀ ਸਾਢੇ ਚਾਰ ਵਜੇ ਪੁਲਿਸ ਵਾਲਾ ਕਾਕਾ ਆਇਆ ਸੀ ਜੀ ਆਹ ਆਏ ਸੀ ਹਾਂਜੀ ਲਿਖ ਕੇ ਲੈ ਗਿਆ। ਮੇਰਾ ਨਾਮ ਅਮਨਦੀਪ ਕੌਰ ਆ ਮੈਂ ਇੱਥੇ ਸੰਭਾਲ ਹੀ ਰਹਿੰਦੀ ਸੀ ਦੁਰਲੱਭ ਨਗਰ ਚ। ਐਕਚੁਅਲੀ ਮੈਂ ਆਪਣੇ ਪੇਕੇ ਗਈ ਹੋਈ ਹੈਗੀ ਸੀ ਤਾਂ ਮੈਨੂੰ ਕਾਲ ਆਈ ਸਾਹਮਣੇ ਸਾਡੇ ਨੇਬਰ ਸੀ ਕਿ ਤੁਹਾਡੇ ਘਰੇ ਇਸ ਤਰ੍ਹਾਂ ਕੋਈ ਦੋ ਬੰਦੇ ਆ ਗਏ ਨੇ ਔਰ ਉਹਨਾਂ ਨੇ ਆ ਕੇ ਤੁਹਾਡੀ ਮੰਮੀ ਦਾ ਫੇਸ ਵਗੈਰਾ ਸਾਰਾ ਬੰਨਿਆ ਹੋਇਆ ਤੇ ਉਹ ਕਾਫੀ ਕੌਨਸ਼ੀਅਸ ਹੈਗੇ ਨੇ ਵੀ ਬਹੁਤ ਡਰ ਗਏ ਨੇ ਔਰ ਮੈਂ ਤਾਂ ਫਿਰ ਉਸੇ ਟਾਈਮ ਜਦੋਂ ਘਰ ਆਈ ਤਾਂ ਮੈਨੂੰ ਸਾਰਾ ਕੁਛ ਪਤਾ ਚੱਲਿਆ ਕਿ ਕਿਸੇ ਨੇ ਕਿਹਾ ਕਿ ਅਸੀਂ ਪਲੰਬਰ ਹੈਗੇ ਹਾਂ ਤੇ ਅਸੀਂ ਠੀਕ ਕਰਨ ਆਏ ਹਾਂ ਟੈਪਸ ਤੁਹਾਡੀਆਂ ਤਾਂ ਮੰਮਾ ਨੇ ਕਿਹਾ ਵੀ ਹਾਂਜੀ ਸਾਡੀਆਂ ਖਰਾਬ ਹੈਗੀਆਂ ਨੇ ਤੁਸੀਂ ਆ ਜਾਓ ਤਾਂ ਉਹ ਦੁਬਾਰਾ ਸ਼ੋਪ ਤੇ ਚਲੇ ਗਏ ਨੇ ਸ਼ੋਪ ਤੇ ਜਾ ਕੇ ਜਦੋਂ ਮੰਮੀ ਕਹਿੰਦੇ ਉੱਥੇ ਨਹੀਂ ਪਹੁੰਚੇ ਤਾਂ ਉਹ ਕਹਿੰਦੇ ਅਸੀਂ ਸਮਾਨ ਲੈ ਕੇ ਆ ਰਹੇ ਹਾਂ ਦੁਬਾਰਾ ਘਰ ਆਏ ਤਾਂ ਆ ਕੇ ਮੇਰੀਆਂ ਟੀ ਸ਼ਰਟਸ ਹੈਗੀਆਂ ਸੀ ਵਾਸ਼ਰੂਮ ਚ ਤਾਂ ਉਹਨਾਂ ਨੇ ਸਾਰੀਆਂ ਟੀ ਸ਼ਰਟਸ ਲਈਆਂ ਮੰਮਾ ਦੇ ਦੋ ਤਿੰਨ ਫੇਸ ਨੂੰ ਕਵਰ ਕਰਤਾ ਔਰ ਹੈਂਡ ਨੂੰ ਮੰਮਾ ਦੇ ਟਾਈ ਕਰਕੇ ਰੱਖਿਆ ਤੇ ਫਿਰ ਉਹ ਕਹਿੰਦੇ ਵੀ ਜੇ ਤੂੰ ਰੌਲਾ ਪਾਇਆ ਤਾਂ ਤੈਨੂੰ ਮਾਰ ਦਾਂਗੇ ਹਾਂ ਫਿਰ ਮੰਮਾ ਦੇ ਦੋਨੋਂ ਪਾਸੋਂ ਬਾਰੀਆਂ ਉਤਾਰ ਲਈਆਂ ਉਹਨਾਂ ਨੇ ਔਰ ਮੇਰੀ ਕਬਰ ਦੇ ਵਿੱਚ ਗਏ ਜਿੱਥੋਂ ਤੱਕ ਸਾਨੂੰ ਲੱਗ ਰਿਹਾ ਵੀ ਕੋਈ ਜਾਣ ਪਛਾਣ ਵਾਲੇ ਹੈਗੇ ਸੀ ਜਿਨ੍ਹਾਂ ਨੇ ਕਿਸੇ ਹੋਰ ਕਮਰੇ ਦੇ ਵਿੱਚ ਕੁਛ ਨਹੀਂ ਦੇਖਿਆ ਸਿਰਫ ਮੇਰੇ ਰੂਮ ਦੇ ਵਿੱਚ ਗਏ ਨੇ ਔਰ ਉੱਪਰ ਜਿੱਥੇ ਪਰਸ ਪਏ ਹੁੰਦੇ ਆ ਮੇਰੇ ਮੋਸਟਲੀ ਮੇਰਾ ਔਰ ਮੰਮੀ ਦਾ ਸਮਾਨ ਮੇਰੀ ਕਬਰ 'ਚ ਹੁੰਦਾ ਹੈ ਉਹੀ ਕਬਰ ਦੇ ਵਿੱਚ ਮੇਰੇ ਸਾਰੇ ਪਰਸ ਦੇ ਵਿੱਚ ਜਿੰਨਾ ਕੈਸ਼ ਹੈਗਾ ਸੀ ਉਹ ਸਾਰਾ ਲੈ ਗਏ ਨੇ। ਮਿਸਿੰਗ ਮੰਮਾ ਦੀਆਂ ਬਾਲੀਆਂ ਨੇ ਤੇ ਇੱਕ ਮੇਰੀ ਰਿੰਗ ਹੈਗੀ ਸੀ ਜੋ ਕਿ ਮੈਂ ਪਰਸ ਦੇ ਵਿੱਚ ਹੀ ਰੱਖੀ ਹੋਈ ਸੀ ਇੱਕ ਕੈਸ਼ ਮੇਰਾ ਪੂਰਾ ਮਤਲਬ ਇੱਕ ਪਰਸ ਪੂਰਾ ਫੁੱਲ ਸੀਗਾ ਉਹਦੀ ਜ਼ਿਪ ਵੀ ਤੋੜ ਗਏ ਨੇ ਤੇ ਉਹਦੇ ਵਿੱਚ ਨੀਅਰ ਅਬਾਊਟ ਮੈਂ ਹਰ ਪਰਸ ਦੇ ਵਿੱਚ 1000 to 2000 ਰੱਖਦੀ ਸੀਗੀ ਹਰ ਪਰਸ ਦੀ ਜ਼ਿਪ ਦੇ ਵਿੱਚ ਮੇਰਾ ਹੁੰਦੇ ਸੀਗੇ ਪੈਸੇ ਵੀ ਕਈ ਕਿਸੇ ਟਾਈਮ ਵੀ ਕੈਸ਼ ਦੀ ਲੋੜ ਪੈ ਸਕਦੀ ਆ ਬਟ ਜਿਹੜਾ ਮੇਰਾ ਪਿੰਕ ਕਲਰ ਵਾਲਾ ਪਰਸ ਸੀ ਉਹ ਪੂਰਾ ਫਿੱਲ ਸੀਗਾ ਔਰ ਉਹ ਪੂਰਾ ਖਾਲੀ ਆ ਹੁਣ। ਐਕਚੁਅਲੀ ਹਸਬੈਂਡ ਨੇ 1 week ਪਹਿਲਾਂ ਕੀਤੀ ਸੀ ਮੈਂ ਇੱਥੇ ਹੈ ਨਹੀਂ ਸੀ ਮੈਂ ਆਪਣੇ ਪੇਕੇ ਗਈ ਹੋਈ ਸੀ ਮੰਮਾ ਕਹਿੰਦੇ ਸੀ ਕਿ ਟੈਪ ਦੀ ਪ੍ਰੋਬਲਮ ਹੈਗੀ ਆ ਤਾਂ ਉਹਨਾਂ ਨੇ ਪਲੰਬਰ ਨੂੰ ਕਾਲ ਕੀਤੀ ਹੋਈ ਸੀਗੀ ਹਾਂਜੀ ਇੱਕ ਹਫ਼ਤਾ ਪਹਿਲਾਂ ਕੀਤੀ ਹੋਈ ਸੀ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਉਹ ਵੀ ਠੀਕ ਕਰਨ ਆਏ ਹੈਗੇ ਨੇ।